नमस्कार दोस्तों, फैक्ट टाइम में आपका स्वागत है। मैं हूं आपके साथ विशाल बजाज। रियल फैक्ट जान रहे हैं डेरा सच्चा सौदा के बारे में, सेंट डॉक्टर गुरमीत राम रहीम सिंह इंसा जी के बारे में। क्या कहना है समाज के रहने वाले लोगों का आज उनके बारे में, जानते हैं डायरेक्ट लोगों से। नमस्कार सर। तेरी जी, क्या नाम है आपका सर? केवल इंसा जी। केवल इंसा जी, ਤੁਸੀਂ ਕੀ ਜਾਣਦੇ ਹੋ ਡੇਰਾ ਸੱਚਾ ਸੌਦਾ ਬਾਰੇ, ਸੈਂਟ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੇ ਬਾਰੇ? ਇਹਦੇ ਬਾਰੇ ਅਸੀਂ ਕੀ ਨਹੀਂ ਜਾਣਦੇ ਜੀ, ਐਂ ਪੁੱਛੋ ਕੀ ਨਹੀਂ ਜਾਣਦੇ। ਇਹ ਕੁੱਲ ਖੁਦ ਖੁਦਾ ਹੈ ਜੀ, ਇਹ ਬਸ ਅਸੀਂ ਤਾਂ, ਸਾਨੂੰ ਤਾਂ ਇੰਨਾ ਪਤਾ ਵੀ ਖੁੱਲ ਖੁਦ ਖੁਦਾ ਹੈ। ਜਿਹੜਾ ਕੁਛ ਇਹ ਕਰਗੇ ਕੋਈ ਦੁਨੀਆ 'ਚ ਕੋਈ ਕਰ ਨਹੀਂ ਸਕਦਾ ਹੈਗਾ। ਇਹ ਕੁੱਲ ਮਾਲਕ ਆਇਆ ਹੋਇਆ, ਬਾਕੀ ਜਿਹੜੀਆਂ ਗੱਲਾਂ ਨੇ ਉਹ ਤਾਂ ਗੱਲਾਂ ਹੀ ਗੱਲਾਂ ਨੇ। ਮਾਲਕ ਕੁੱਲ ਮਾਲਕ ਹੈ, ਜਿਵੇਂ ਹੁਣ ਕਹਿੰਦੇ ਨੇ ਵੀ ਮਾਲਕ ਉੱਥੇ ਜੇਲ੍ਹ 'ਚ, ਕੋਈ ਜੇਲ੍ਹ ਦੇ ਵਿੱਚ ਨਹੀਂ, ਉਹ ਤਾਂ ਇੱਥੇ ਫਿਰਦਾ, ਸਾਡੇ ਦੇ ਵਿੱਚ ਰਹਿੰਦਾ, ਅੰਗ ਸੰਗ ਰਹਿੰਦਾ ਜੀ। ਹਾਂ ਜੀ, ਸਮਾਜ ਕੀ ਬਾਤ ਕਰਤੇ ਹਮ, ਸਮਾਜ ਕੇ ਲੀਏ, ਦੇਸ਼ ਕੇ ਲੀਏ ਕਿਆ ਕਿਆ ਕਾਮ ਕੀਏ ਉਹਨਾਂ? ਦੇਸ਼ ਕੇ ਲੀਏ ਜੀ, ਇਹਨਾਂ ਨੇ ਕੀ ਕੁਛ ਨਹੀਂ ਕਿਹਾ ਦੇਸ਼ ਕੇ ਲੀਏ, ਬਹੁਤ ਕੁਛ ਕਰਿਆ। ਜਿਹੜਾ ਕੁਛ ਇਹਨਾਂ ਨੇ ਕਰਿਆ ਕੋਈ ਕਰ ਨਹੀਂ, ਸੱਤ ਜਨਮ 'ਚ ਨਹੀਂ ਕੋਈ ਕਰ ਸਕਦਾ। ਜਿਹੜਾ ਆ ਕੇ ਸਾਡੇ ਕਿਆ ਕਿਆ ਕੰਮ ਕੀਆ, ਕੰਮ ਕੀ ਜੀ, ਦੇਖੋ ਆਪਣੇ ਵੈਸ਼ਿਆ ਦੀ ਭੈਣਾਂ ਦੀਆਂ, ਉਹਨਾਂ ਦੀਆਂ ਸ਼ਾਦੀਆਂ ਕਰਾਤੀਆਂ। ਜਿਹੜੇ ਕੰਮ ਨਹੀਂ ਕਰਨੇ ਸੀ ਉਹ ਸਤਿਗੁਰ ਨੇ ਇੱਥੇ ਕਰਕੇ ਦੁਨੀਆ ਨੂੰ ਦਿਖਾ ਤੇ, ਸੱਚ ਕੀ ਹੈ ਝੂਠ ਕੀ ਹੈ ਇਹਨਾਂ ਨੇ ਕਰਕੇ ਦਿਖਾ ਤਾ ਬਾਈ ਜੀ। ਜੀ ਹਾਂ ਜੀ, ਓਕੇ। ਅਗਰ ਹਮ ਸਮਾਜ ਕੀ ਬਾਤ ਕਰਤੇ ਹੈ, ਸਮਾਜ ਕੋ ਆਜ ਗੁਰੂ ਜੀ ਕੀ ਕਿਤਨੀ ਜ਼ਿਆਦਾ ਜ਼ਰੂਰਤ? ਬਹੁਤ ਜ਼ਿਆਦਾ ਲੋੜ ਹੈ ਜੀ, ਗੁਰੂ ਜੀ ਦੀ ਇੰਨੀ ਲੋੜ ਹੈ ਨਾ, ਤੁਹਾਨੂੰ ਕੀ ਦੱਸੀਏ। ਉਹ ਸਰ ਹਾਂ ਬਤਾ ਦਿਓ, ਜੈਸਾ ਕਿ ਉਹਨੇ ਇਤਨਾ ਦੇਸ਼ ਕਾ ਭਲਾ ਕੀਆ, ਸਮਾਜ ਕਾ ਭਲਾ ਕੀਆ, ਤੋ ਕਿਉਂ ਉਨਕੋ ਟਾਰਗੇਟ ਕੀਆ ਗਿਆ, ਕਿਉਂ ਉਨਕੋ ਮਤਲਬ ਕਿਉਂ ਉਨਕੇ ਉੱਪਰ ਆਰੋਪ ਲਗਾਏ ਗਏ? ਆਰੋਪ ਲਗਾਏ ਗਏ ਜੀ, ਹੁਣ ਇਹਨਾਂ ਨੇ ਨਸ਼ੇ ਬੰਦ ਕਰਾਤੇ, ਨਸ਼ੇ ਬੰਦ ਕਰਾਤੇ, ਉਹਨਾਂ ਨੂੰ ਤਾਂ ਫਿਰ ਹੁਣ ਭਮੱਕਾ ਲੱਗਣੀ ਹੈ ਵੀ ਸਾਡੇ ਨਸ਼ੇ ਬੰਦ ਹੋ ਗਏ, ਸਾਡੀ ਦੁਕਾਨਦਾਰੀ ਖਤਮ ਹੋ ਗਈ। ਉਹਨਾਂ ਨੇ ਤਾਂ ਮਿਲ ਕੇ ਇਹ ਸਾਜ਼ਿਸ਼ ਰਚੀ, ਸੱਚ ਤਾਂ ਸੱਚ ਹੀ ਰਹੂਗਾ ਜੀ, ਇਹਨਾਂ ਨੇ ਦੁਨੀਆ ਬਚਾਤੀ ਜੀ। ਹੁਣ ਤੁਸੀਂ ਐਂ ਦੇਖੋ ਵੀ ਹੁਣ ਪਿਦਈ ਇੱਥੇ ਕਹਿੰਦੇ ਨੇ ਵੀ ਇੱਥੇ ਹੈ ਨਹੀਂ, ਪਰ ਹੈ ਸਾਡੇ ਅੰਗ ਸੰਗ। ਹੁਣ ਦੁਨੀਆ ਦਾ ਇੰਨਾ ਬੁਰਾ ਹਾਲ ਹੋ ਗਿਆ ਜੀ, ਨਸ਼ੇ ਕਰਨ ਲੱਗ ਗਏ ਲੋਕ ਮੁੜ ਕੇ ਦੁਬਾਰ ਤੋਂ, ਬਹੁਤ ਬੁਰਾ ਹਾਲ ਹੋ ਗਿਆ ਜੀ। ਸਾਨੂੰ ਗੁਰੂ ਦੀ ਜੀ ਇੰਨੀ ਲੋੜ ਹੈ ਨਾ ਜੀ, ਬਸ ਤੁਹਾਨੂੰ ਕੀ ਦੱਸੀਏ ਜੀ। ਜਬ ਗੁਰੂ ਜੀ ਯਹਾਂ ਸਮਾਜ ਕੇ ਵਿੱਚ ਮੌਜੂਦ ਥੇ, ਤੋ ਕਿਸ ਤਰ੍ਹਾਂ ਲੋਕੋ ਕਾ ਨਸ਼ਾ ਛੁਡਵਾਤੇ ਥੇ? ਨਸ਼ਾ ਜੀ ਉਰੇ 8 ਦਿਨਾਂ ਦੀ ਸੇਵਾ ਕਹਿੰਦੇ ਜੀ, ਭਾਈ ਪ੍ਰਸ਼ਾਦ ਲਓ, ਸੇਵਾ ਕਰੋ ਬਸ, ਹੋਰ ਕੋਈ ਉਹਨਾਂ ਤੋਂ ਕੋਈ ਕੰਮ ਨਹੀਂ ਕਰਾਂ ਤੇ ਨਸ਼ਾ ਛੁੱਟ ਜਾਂਦਾ ਤੇ ਜੀ ਬਸ। ਗੁਰੂ ਜੀ ਸਤਸੰਗ ਕਰਦੇ ਥੇ, ਕਿਸ ਧਰਮ ਕੀ ਮਤਲਬ ਲੋਕ ਵਹਾਂ ਜਾਤੇ ਥੇ? ਹਰੇਕ ਧਰਮ ਦੇ ਜੀ, ਹਰੇਕ ਧਰਮ ਦੇ ਲੋਕ ਆਉਂਦੇ ਤੇ, ਹਿੰਦੂ, ਮੁਸਲਿਮ, ਸਿੱਖ, ਇਸਾਈ, ਹਰੇਕ ਤਰ੍ਹਾਂ ਦੇ ਲੋਕ ਉਰੇ ਆਉਂਦੇ ਤੇ, ਹਰੇਕ ਤਰ੍ਹਾਂ ਦੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਪਾਣੀ ਖਾਂਦੇ ਤੇ। ਗੁਰੂ ਜੀ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਸੰਸਾਰ ਨੂੰ ਬਸ ਜੀ। ਓਕੇ, ਹਮਾਰੇ ਮਾਧਿਅਮ ਸੇ ਸਰਕਾਰ ਸੇ ਕਿਆ ਅਪੀਲ ਕਰਨਾ ਚਾਹੇਂਗੇ? ਅਪੀਲ ਤੇ ਇਹੀ ਅਪੀਲ ਕਰਨੀ ਹੈ ਜੀ, ਸਾਡੇ ਗੁਰੂ ਜੀ ਨੂੰ ਸਾਡੇ ਵਿੱਚ ਲਿਆਂਦਾ ਜਾਵੇ ਬਸ। थैंक यू सो मच सर। तो ये थे रियल फैक्ट, समाज के रहने वाले लोग बता रहे हैं और मांग कर रहे हैं समाज में जल्दी से जल्दी गुरु जी को लाया जाए। आपके क्या विचार हैं वीडियो के नीचे कमेंट करके बताएं। सच का साथ देने के लिए इस चैनल को जरूर सब्सक्राइब करें। देखते रहें, जुड़े रहें द फैक्ट टाइम के साथ। धन्यवाद।